बटाला के नज़दीक पिंड मूलियावाल विखे एक पति पत्नी की घरेलू तकरार के चलते लड़की के पेके परिवार वालों अपने जवाई के घर उत्ते हमला किया गया। उत्थे ही हमले दौरान घर च मौजूद इकली लड़के की भैन कुलजीत कौर हुई जख्मी। हमलावारों वालों तेज धार हथियारों नाल किए गए वार अते हवाई फायर भी किए गए। उत्थे ही पुलिस का कहना है कि मौके तो तीन रौंद बरामद होए हैं। जख्मी कुलजीत कौर के बयान दर्ज कर कानूनी कार्रवाई की जा रही है। मेरा नाम जी गुरजीत सिंह, पिंड मूलियावाल, पिता का नाम मेरा प्रकाश सिंह है जी। मेरा कोई झगड़ा नहीं है, मेरे साले ना पहला कोई बड़ा मोटा कोई हैगी ही लागडाट, वह चक्कर दे विच आने के इन्हां ने पहला राती भी आए आ, राती बचाव हो गया जी, दिने आए आ, मेरी मैं ही घर कोई नहीं है, मेरी सिस्टर ही घर इन्हां ने उहदे हत्थी हत्थी पे आ जी, उहदे लागे सट्टा लागे जी, होर भी इन्हां ने कढ़िया जी, इन्हां ने हवाई फायर किए कुछ ਉਹਨਾਂ ਵੱਲੋਂ ਫਾਇਰ ਕੀਤੇ ਜੇ ਕੁੜੀ ਦੇ ਅਸੀਂ ਘਰ ਨਹੀਂ ਫਾਇਰ ਕੀਤੇ ਇਹਨਾਂ ਨੇ, ਸਾਨੂੰ ਪਹਿਲਾਂ ਪਤਾ ਲੱਗਾ ਵਾ ਅਸੀਂ ਘਰ ਨਹੀਂ ਸੀ ਹੈਗੇ ਅਤੇ ਘਰ ਵੀ ਵਾਵਾ ਨਸਕਾਰ ਨਸਕੂਨ ਕਰਕੇ ਗਏ ਜੀ। ਮੇਰਾ ਨਾਮ ਸ਼ਿਵਦਿਆਲ, ਪਿੰਡ ਮੂਲਿਆਂਵਾਲ ਤੋਂ ਸਰਪੰਚ ਮੌਜੂਦਾ। ਘਟਨਾ ਇਹ ਹੋਈ ਕਿ ਰਾਤੀ ਵੀ ਮੈਨੂੰ ਇਹਨਾਂ ਨੇ ਫੋਨ ਕੀਤਾ, ਆਪਣੇ ਪਰਿਵਾਰ 'ਚੋਂ ਹੈਗੇ ਆ, ਰਾਤੀ ਜਿਹੜਾ ਮੁੰਡੇ ਗੁਰਜੀਤ ਸਿੰਘ ਸੀ ਉਹਦੀ ਵਾਈਫ ਦਾ ਆਪਸ ਵਿੱਚ ਝਗੜਾ ਹੋਇਆ। ਗੁਰਜੀਤ ਦੀ ਵਾਈਫ ਨੇ ਆਪਣੀ ਮੰਮੀ ਨੂੰ ਫੋਨ ਕੀਤਾ, ਉਹਦੇ ਨਾਲ ਚਾਰ ਪੰਜ ਉਹਦੇ ਭਰਾ ਆਏ ਕਿ ਮੁੰਡੇ ਹੋਰ ਆਏ, ਉਹ ਆ ਕੇ ਆਪਣੇ ਮੁੰਡੇ ਦੇ ਗੱਲ ਪੈਂਦੇ ਸੀ, ਪਿਓ ਦੇ ਗੱਲ ਪੈਂਦੇ ਸੀ, ਇੱਕ ਉਹਦਾ ਦੇੜ ਆ ਛੋਟਾ ਉਹਦੇ ਗੱਲ ਪੈਂਦੇ ਸੀ। ਫਿਰ ਚਲੋ ਪਿੰਡ 'ਚੋਂ ਦੂਜੇ ਮੁੰਡੇ ਆਏ, ਉਹਨਾਂ ਨੇ ਬਚਾਇਆ ਆਣ ਕੇ, ਉਦੋਂ ਤਾਂ ਲਾਲਾ ਹੋ ਗਈ, ਚਲੇ ਗਏ। ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕੋਈ ਗੱਲ ਨਹੀਂ ਤੁਸੀਂ ਥਾਣੇ ਰਿਪੋਰਟ ਕਨਫਰਮ ਕਰਾ ਦਿਓ। ਰਾਤੀ ਚਲੋ ਇਹਨਾਂ ਨੇ ਸਵੇਰੇ ਜਾ ਕੇ ਥਾਣੇ ਦਰਖਾਸਤ ਦਿੱਤੀ ਆ, ਉਹਨਾਂ ਨੇ ਵੀ ਜਾ ਕੇ ਆਪਣੇ ਪਿੰਡ ਦਰਖਾਸਤ ਦਿੱਤੀ। ਉੱਥੋਂ ਥਾਣਿਓਂ ਫੋਨ ਆਇਆ, ਕਿਹੜੇ ਪਿੰਡ ਦੇ? ਉਹ ਹੈਗੇ ਨੇ ਟਪਈ ਤੋਂ, ਉਹਨਾਂ ਨੇ ਨਵੇਂ ਪਿੰਡ ਖਜਾਲੇ ਦੇ ਕੋਲ ਨਵਾਂ ਪਿੰਡ ਉੱਥੇ ਦਰਖਾਸਤ ਦਿੱਤੀ ਆ। ਸੱਟ ਇਕੱਲੇ ਕੁੜੀ ਸੀ, ਘਰ ਇਕੱਲੀ ਕੁੜੀ ਸੀ ਇਹਨਾਂ ਦੀ, ਕੁਲਜੀਤ ਕੌਰ, ਜਿਹਦੇ ਬਾਂਹ 'ਤੇ ਦਾਤਰ, ਹੱਥ 'ਤੇ ਦਾਤਰ ਅਤੇ ਗੋਲੀ ਵੀ ਸ਼ਾਇਦ ਲੱਗੀ ਹੋਵੇ। ਉਹਨਾਂ ਨੇ ਕਾਫੀ 20-25 ਬੰਦੇ ਸੀ ਜਿਹੜੇ ਆਏ ਨੇ, ਹਥਿਆਰਬੰਦ ਸਾਰੇ ਆਏ ਸੀ ਜੀ। ਅਸੀਂ ਹੁਣੇ ਹੋਸਪਿਟਲ ਪਹੁੰਚੇ ਸੀ ਅਤੇ ਪੇਸ਼ੈਂਟ ਦੇ ਨਾਲ ਮੈਂ ਗੱਲਬਾਤ ਕੀਤੀ ਆ, ਅਤੇ ਉਹਨੇ ਜੋ ਵੀ ਬਿਆਨ ਕੀਤਾ ਅਤੇ ਉਹਨੇ ਦੱਸਿਆ ਹੈ ਕਿ ਇਹਦੇ ਭਰਾ ਦਾ ਝਗੜਾ ਸੀ ਇਹਨਾਂ ਦੇ ਮਿਸਿਜ਼ ਦੇ ਨਾਲ, ਗੁਰਜੀਤ ਇਹਦਾ ਭਰਾ ਹੈ, ਉਹਦੀ ਸੰਦੀਪ ਕੌਰ ਦੇ ਨਾਲ ਕੋਈ ਝਗੜਾ ਸੀ, ਰਾਤੀ ਇਹਨਾਂ ਦੀ ਆਪਸੀ ਫੈਮਿਲੀ ਮੈਟਰ ਕੋਈ ਗੱਲਬਾਤ ਹੋਈ ਆਪਸੀ, ਅਤੇ ਜਿਹਦੇ ਕਰਕੇ ਉਹ ਆਪਣੇ ਪੇਕੇ ਜਾਣਾ ਚਾਹੁੰਦੀ ਸੀ ਅਤੇ ਉਹ ਸਵੇਰੇ ਹੀ ਆਪਣੇ ਪੇਕੇ ਚਲੀ ਗਈ ਹੈ। ਅਤੇ ਪੇਕੇ ਜਾਣ ਤੋਂ ਬਾਅਦ ਕੁਛ ਤਿੰਨ ਜਣਿਆਂ ਦਾ ਇਹਨਾਂ ਨੇ ਨਾਮ ਸਪਸ਼ਟ ਕੀਤਾ ਆ ਅਤੇ ਉਹਨਾਂ ਦਾ ਨਾਮ ਲਿਖਵਾ ਦਿੱਤੇ ਆ, ਅਤੇ ਕੁਝ ਅਣਪਛਾਤੇ ਬੰਦੇ ਸੀ ਜਿਹੜੇ ਕਿ ਅੱਜ ਮੋਰਨਿੰਗ 12:15 ਇਹਨਾਂ ਦੇ ਘਰ ਆ ਕੇ ਅਤੇ ਇਹ ਵਾਰਦਾਤ ਕਰਕੇ ਗਏ ਆ। ਉਹਨਾਂ ਨੇ ਕੁਛ ਹਵਾਈ ਫਾਇਰ ਕੀਤੇ ਸੀ ਔਰ ਦਾਤਰ ਚਲਾਇਆ ਜਿਹਦੇ ਨਾਲ ਕਾਫੀ ਸੱਟ ਲੱਗੀ।